ਅਕਾਲੀ ਆ ਬਈ ਬੀਜੇਪੀ ਦਾ ਜੋ ਤੁਸੀਂ ਪ੍ਰਦਰਸ਼ਨ ਦੇਖਿਆ ਏ ਚਾਹੇ ਉਹ ਤੀਜੀ ਵਾਰ ਸਰਕਾਰ ਬਣੀ ਆ ਦੇਸ਼ ਚਾਹੇ ਹਰਿਆਣੇ 'ਚ ਉਸੇ ਪੈਣਾ ਤੇ ਬੀਜੇਪੀ ਪੰਜਾਬ 'ਚ ਵੀ ਆਊਗੀ ਬੀਜੇਪੀ ਬਗੈਰ ਹਾਲ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਦਾ ਕੀ ਹਾਲ ਹੋ ਗਿਆ ਦੂਜੇ ਸੂਬੇ ਕਿਤੇ ਨਹਿੰਗੇ ਪਰ ਦੂਜੇ ਸੂਬਿਆਂ ਦੇ ਲੋਕ ਸਿਆਣੇ ਆ ਭੀੜੇ ਨੇ ਜੇ ਹਰਿਆਣੇ ਦੀ ਗੱਲ ਕਰ ਲਓ ਤੇ ਜੇ ਤਿੰਨ ਵਾਰ ਸੈਂਟਰਲ ਸਰਕਾਰ ਆ ਤੇ ਡਬਲ ਇੰਜਣ ਉਹਨਾਂ ਨੇ ਚੁਣ ਲਈ ਇਸ ਕਰਕੇ ਆਪਣੇ ਫਾਇਦੇ ਲਈ ਮੈਂ ਤਾਂ ਸਿਰਫ ਇਹ ਕਹੂੰਗਾ ਪੰਜਾਬ ਨੂੰ ਆਪਣੇ ਫਾਇਦੇ ਲਈ ਜੋ ਮੋਦੀ ਸਾਹਿਬ ਸਾਰੇ ਦੇਸ਼ 'ਚ ਜਿਹੜਾ ਵਿਕਸਿਤ ਭਾਰਤ ਦੀ ਗੱਲ ਕਰਦੇ ਆ ਆਪਾਂ ਵਿਕਸਿਤ ਪੰਜਾਬ ਕਰਨਾ ਤੇ ਬੀਜੇਪੀ ਦੇ ਮੋਹਰ ਲਾ ਕੇ ਆਪਣੇ ਲਈ ਇਹ ਛੱਡੋ ਗੱਲ ਵੀ ਪਾਰਟੀ ਕਿਹੜੀ ਆ ਪਾਰਟੀ ਉਹ ਦੇਖੋ ਜਿਹਦੀ ਸੱਤਾ ਹੈ ਜਿਹਦੀ ਕੇਂਦਰ 'ਚ ਸਰਕਾਰ ਆ ਆਪਾਂ ਉਹ ਤੋਂ ਪੈਸੇ ਲੈਣੇ ਉਹ ਤੋਂ ਰੁਜ਼ਗਾਰ ਉਹ ਤੋਂ ਫੈਕਟਰੀਆਂ ਉਹ ਤੋਂ ਸਭ ਕੁਝ ਲੈਣਾ ਹੈ ਇਸ ਕਰਕੇ ਉਹਦੇ ਮੋਹਰ ਲਾ ਕੇ ਆਪਾਂ ਉਹਨਾਂ ਨੂੰ ਕਾਮਯਾਬ ਕਰੀਏ ਹਾਂਜੀ ਤੁਹਾਨੂੰ ਲੱਗਦੀ ਹੈ ਹੈਗੀ ਕਾਨੂੰਨ ਵਿਵਸਥਾ ਕੋਈ ਉਰੇ ਤਾਂ ਬੁਰਾ ਹਾਲ ਆ ਹਰ ਬੰਦੇ ਨੂੰ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆਉਂਦੇ ਆ ਹਰ ਗੈਂਗਸਟਰ ਫਰੌਤੀ ਮੰਗਦਾ ਇਹਦਾ ਜਿੱਦਣ ਮੇਰੇ ਵਰਗੇ ਦੇ ਹੱਥ ਆ ਗਿਆ ਉਦਣ ਦੱਸੂਗਾ ਵੀ ਇਹ ਗੈਂਗਸਟਰ ਜਿਹੜੇ ਨੇ ਇਹ ਕਿਵੇਂ ਰਹਿੰਦੇ ਆ ਉਰੇ ਇਹਨਾਂ ਦੀ ਐਸੀ ਤੈਸੀ ਇਹ ਧਮਕੀਆਂ ਦਾ ਦੇਣ ਇੱਕ ਤੇ ਖੰਘ ਵੀ ਜਾਣੇ ਇਹ ਕੋਈ ਗੱਲ ਹੀ ਹੈ ਨਹੀਂ ਕੋਈ ਕੰਟਰੋਲ ਹੀ ਹੈ ਨਹੀਂ ਕਿਸੇ ਚੀਜ਼ ਦਾ ਤੇ ਹੋਰ ਇਹ ਧਰਮ ਪੱਤੀਆਂ ਤੋਂ ਬਾਹਰ ਗੱਲ ਇਹ ਆ ਬਈ ਬੀਜੇਪੀ ਦਾ ਜੋ ਤੁਸੀਂ ਪ੍ਰਦਰਸ਼ਨ ਦੇਖਿਆ ਏ ਚਾਹੇ ਉਹ ਤੀਜੀ ਵਾਰ ਸਰਕਾਰ ਬਣੀ ਆ ਦੇਸ਼ ਚਾਹੇ ਹਰਿਆਣੇ 'ਚ ਉਸੇ ਪੈਣਾ ਤੇ ਬੀਜੇਪੀ ਪੰਜਾਬ 'ਚ ਵੀ ਆਊਗੀ ਬੀਜੇਪੀ ਬਗੈਰ ਹਾਲ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਦਾ ਕੀ ਹਾਲ ਹੋ ਗਿਆ ਦੂਜੇ ਸੂਬੇ ਕਿਤੇ ਨਹਿੰਗੇ ਪਰ ਦੂਜੇ ਸੂਬਿਆਂ ਦੇ ਲੋਕ ਸਿਆਣੇ ਆ ਭੀੜੇ ਨੇ ਜੇ ਹਰਿਆਣੇ ਦੀ ਗੱਲ ਕਰ ਲਓ ਤੇ ਜੇ ਤਿੰਨ ਵਾਰ ਸੈਂਟਰਲ ਸਰਕਾਰ ਆ ਤੇ ਡਬਲ ਇੰਜਣ ਉਹਨਾਂ ਨੇ ਚੁਣ ਲਈ ਇਸ ਕਰਕੇ ਆਪਣੇ ਫਾਇਦੇ ਲਈ ਮੈਂ ਤਾਂ ਸਿਰਫ ਇਹ ਕਹੂੰਗਾ ਪੰਜਾਬ ਨੂੰ ਆਪਣੇ ਫਾਇਦੇ ਲਈ ਜੋ ਮੋਦੀ ਸਾਹਿਬ ਸਾਰੇ ਦੇਸ਼ 'ਚ ਜਿਹੜਾ ਵਿਕਸਿਤ ਭਾਰਤ ਦੀ ਗੱਲ ਕਰਦੇ ਆ ਆਪਾਂ ਵਿਕਸਿਤ ਪੰਜਾਬ ਕਰਨਾ ਤੇ ਬੀਜੇਪੀ ਦੇ ਮੋਹਰ ਲਾ ਕੇ ਆਪਣੇ ਲਈ ਇਹ ਛੱਡੋ ਗੱਲ ਵੀ ਪਾਰਟੀ ਕਿਹੜੀ ਆ ਪਾਰਟੀ ਉਹ ਦੇਖੋ ਜਿਹਦੀ ਸੱਤਾ ਹੈ ਜਿਹਦੀ ਕੇਂਦਰ 'ਚ ਸਰਕਾਰ ਆ ਆਪਾਂ ਉਹ ਤੋਂ ਪੈਸੇ ਲੈਣੇ ਉਹ ਤੋਂ ਰੁਜ਼ਗਾਰ ਉਹ ਤੋਂ ਫੈਕਟਰੀਆਂ ਉਹ ਤੋਂ ਸਭ ਕੁਝ ਲੈਣਾ ਹੈ ਇਸ ਕਰਕੇ ਉਹਦੇ ਮੋਹਰ ਲਾ ਕੇ ਆਪਾਂ ਉਹਨਾਂ ਨੂੰ ਕਾਮਯਾਬ ਕਰੀਏ ਹਾਂਜੀ ਤੁਹਾਨੂੰ ਲੱਗਦੀ ਹੈ ਹੈਗੀ ਕਾਨੂੰਨ ਵਿਵਸਥਾ ਕੋਈ ਉਰੇ ਤਾਂ ਬੁਰਾ ਹਾਲ ਆ ਹਰ ਬੰਦੇ ਨੂੰ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆਉਂਦੇ ਆ ਹਰ ਗੈਂਗਸਟਰ ਫਰੌਤੀ ਮੰਗਦਾ ਇਹਦਾ ਜਿੱਦਣ ਮੇਰੇ ਵਰਗੇ ਦੇ ਹੱਥ ਆ ਗਿਆ ਉਦਣ ਦੱਸੂਗਾ ਵੀ ਇਹ ਗੈਂਗਸਟਰ ਜਿਹੜੇ ਨੇ ਇਹ ਕਿਵੇਂ ਰਹਿੰਦੇ ਆ ਉਰੇ ਇਹਨਾਂ ਦੀ ਐਸੀ ਤੈਸੀ ਇਹ ਧਮਕੀਆਂ ਦਾ ਦੇਣ ਇੱਕ ਤੇ ਖੰਘ ਵੀ ਜਾਣੇ ਇਹ ਕੋਈ ਗੱਲ ਹੀ ਹੈ ਨਹੀਂ ਕੋਈ ਕੰਟਰੋਲ ਹੀ ਹੈ ਨਹੀਂ ਕਿਸੇ ਚੀਜ਼ ਦਾ ਹੋਰ ਇਹ ਧਰਮ ਪੱਤੀਆਂ ਤੋਂ ਬਾਹਰ ਕਿਸੇ ਵਰਕਰ ਨੂੰ ਥੋੜ੍ਹੀ ਦਵਾ ਸਕਦੀ।